ਮੋਟਰ ਬੰਦ ਕਰਨਾ ਆ, ਪਾਣੀ ਲੱਗਾ ਸੀ। ਇਹ ਕੀ ਆ? ਮੈਂ ਤਾਂ ਆਈ ਆ, ਮੈਨੂੰ ਆਉਂਦੀ ਆ ਤੇ ਛੜ ਛੜ ਕੱਪ, ਕੋਈ ਫਾਇਦਾ ਨੀ ਕੱਪ ਕਰਦਾ। ਇਹਨਾਂ ਧੀਆਂ ਪੁੱਤਾਂ ਵਾਸਤੇ ਕਰਨਾ, ਉੱਥੇ ਹੁੰਦੀਆਂ ਨੇ ਵੱਜਣ ਸਾਨੂੰ, ਕੀਮਤਾਂ ਸਾਡੇ ਨਾਲ ਕਿਹੜੇ ਦੇਣ ਆਉਣੇ ਨੇ। ਜਿੱਦਾਂ ਦਾ ਹੈਗਾ ਟਾਈਮ ਲੰਘਾਈ ਜਾ, ਕੋਈ ਗੱਲ ਨੀ, ਚੁੱਪ ਕੀਤੀ ਰਿਹਾ, ਕੀ ਕਰਨਾ ਹੁਣ ਫਿਰ। ਕਹਿੰਦੀ ਮੇਰੀ ਭਤੀ ਦਿਨੇ ਆਵੇ ਰਾਤ ਆਵੇ ਤੇਰਾ ਕੋਈ ਮਤਲਬ ਨੀ ਉਹਨੂੰ ਡੱਕਣ ਦਾ। ਮੈਂ ਤੇ ਕੂੜਾ ਸੁੱਟਣ ਆਈ ਹਾਂ, ਤੂੰ ਉੱਥੇ ਸੁਣੀਆਂ ਗੱਲਾਂ ਤੇ ਤੇਰੀ ਲੜ ਡਈਆਂ। ਮੈਂ ਸਾਡੇ ਘਰ 'ਚ ਡੱਕਣ ਦਾ ਨੀ ਨਾਂ ਦਿਆ ਕਰ, ਤੂੰ ਰਿਸ਼ਤਾ ਕਰਿਆ ਆਪਣੇ ਘਰ ਬਹਿ ਜਾ। ਮੁੰਡੇ ਵਿਚਾਰੇ ਨੂੰ ਨੀ ਦੱਸਿਆ ਵੀ ਨਿਆਣਾ ਖਪਿਆ ਤਬੀਅਤ ਪਾਇਆ, ਕੋਈ ਗੱਲ ਕਰਾਂਗੀ ਲੜਾਈ ਪੈ ਜਾਏਗੀ। ਮੈਂ ਨੀ ਦੱਸਿਆ, ਮੈਂ ਚੁੱਪ ਕੀਤੀ। ਤੂੰ ਲੜਾਈ ਤੋਂ ਡਰੀ ਜਾ ਫਿਰ, ਜੇ ਮੈਂ ਡਰਦੀ ਹਾਂ ਤੇ ਤੂੰ ਨੀ ਡਰਦਾ ਹੈਗਾ। ਤੈਨੂੰ ਕੀ ਲੋੜ ਆ ਫਾਹ ਲੈਣਾ ਸਾਰਾ ਸੰਦਰ, ਕਈਆਂ ਦਾ ਬੰਨੇ ਵੜਦਾ। ਓਏ ਇਹ ਹੁਣ ਘਰ ਦਾ ਕੰਮ ਆ, ਇਹ ਤਾਂ ਕਰਨਾ ਹੀ ਪੈਣਾ ਵਾ। ਪਰ ਆ ਥੋੜਾ ਵਾ ਵੀ ਜੇ ਹੁਣ ਰਿਸ਼ਤਾ ਕਰਾਤਾ ਤਾਂ ਸਾਡੇ ਘਰ 'ਚ ਲੜਾਈਆਂ ਪਾਉਣ, ਆਣ ਆਣ ਕੇ ਮਰਜ਼ੀਆਂ ਕਰਨ ਆਪਣੀਆਂ। ਜੇ ਘਰ ਦਾ ਕੰਮ ਆ ਤੇ ਫਿਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ, ਉਹ ਤਾਂ ਸੋਚਦਾ ਨਹੀਂ ਕੋਈ ਵੀ। ਉਹ ਮੁੰਡਾ ਹੀ ਗੰਢੋ ਹੈ ਨਹੀਂਗਾ ਕਾਹੇ ਜੋਗਾ, ਜੇ ਉਹ ਕਾਹੇ ਜੋਗਾ ਇਹਦੇ ਗੱਲ ਕਰੀਏ ਅਸੀਂ। ਆਹੋ ਪਾਣੀ ਪੀ ਲਓ, ਉਹ ਰਹਿਣ ਤੇ ਮੈਂ ਨਹੀਂਗਾ ਪੀਣਾ। ਤੂੰ ਕਿਸੇ ਨੇ ਵੇਖ ਲਿਆ ਤੇ ਫਿਰ ਕਹਿਣਾ ਕਰੇ ਕਾਹਦੇ ਵਾਸਤੇ ਗਈ ਆ। ਚੱਲ ਮੈਂ ਆਉਂਦਾ ਵਾ, ਹੈ ਕੀ ਕਰੀਏ ਹੁਣ, ਕੰਮ ਵੇਖ ਕੇ ਰਿਹਾ ਨਹੀਂ ਜਾਂਦਾ ਆਖੀਦਾ। ਚੱਲ ਆ ਵੀ ਕਰ ਲਈਏ, ਉਹ ਵੀ ਕਰ ਲਈਏ, ਜਿੰਨਾ ਮਰਜ਼ੀ ਕਰ ਲਓ ਯਾਰ, ਧੀਆਂ ਪੁੱਤਾਂ ਨੂੰ ਨੀ ਕੋਈ ਕਦਰ। ਤੇ ਕਾਹਦੇ ਵਾਸਤੇ ਕਰਨਾ, ਛੱਡ ਛਡਾ ਛੱਡ ਦੇ ਕੰਮ, ਪਾ ਦੇ ਮਿੱਟੀ ਇਹਨਾਂ ਕੰਮਾਂ ਤੇ, ਨਾ ਕਰਿਆ ਕਰ। ਚੱਲ ਤੂੰ ਚੱਲ, ਮੈਂ ਆਉਂਦਾ ਫਿਰ। ਚੱਲ ਜਾਨੀ ਤੇ ਆ ਜਾਓ ਮੇਰੇ ਮਗਰ, ਚੱਲੋ ਨਾਲ ਹੀ, ਮੇਰਾ ਨਹੀਂ ਜੀ ਕਰਦਾ ਇਕੱਲੀ ਦਾ ਜਾਣ। ਹੱਦ ਹੋ ਗਈ ਯਾਰ, ਸੜੇ ਬੂਥੇ ਕੋ ਵੇਂਦੀ ਆ ਮੇਰੇ ਨਾਲ। ਚੰਗਾ ਨਰਕ ਪਾ ਲਿਆ ਅਸੀਂ, ਆ ਕਾਹਦਾ ਵਿਆਹ ਕਰ ਲਿਆ ਵਾ ਅਸੀਂ ਤੇ, ਬੜੇ ਦੁਖੀ ਹੋਏ ਆ। ਜੇ ਸਾਡਾ ਵੀ ਪੁੱਤ ਚੰਗਾ ਹੁੰਦਾ, ਸਮਝਦਾਰ ਹੁੰਦਾ ਤੇ ਸਾਡੀ ਮੰਨਦਾ। ਆਹ ਦਿਨ ਤਾਂ ਸਾਨੂੰ ਵੇਖਣੇ ਪੈਂਦੇ। ਧੱਕੇ ਨਾਲ ਵਿਆਹ ਕਰ ਲਿਆ ਵਾ ਤਾਂ ਧੱਕੇ ਨਾਲ ਹੁਣ ਲੜਾਈ ਪਈ ਜਾਂਦੀ ਹੈ, ਨਾ ਕੋਈ ਸੁਣਦਾ ਨਾ ਕਹਿੰਦਾ। ਜੇ ਮੇਰੇ ਭਰਾ ਨੂੰ ਪਤਾ ਲੱਗਾ ਨਾ ਵੀ ਮੇਰੀ ਕੁੜੀ ਨੂੰ ਕੋਈ ਗੱਲਬਾਤ ਹੈ, ਤੁਹਾਨੂੰ ਉਹਨਾਂ ਨੇ ਛੱਡਣਾ ਨਹੀਂ। ਉਹਨਾਂ ਕਹਿੰਦੇ ਜਾ ਕੇ ਕਹਦੇ, ਜਿਹੜੀ ਗੋਲੀ ਮਾਰ ਨਹੀਂ ਮਾਰਦੇ ਹਨ। ਉਹਨਾਂ ਹੀ ਕੁੜੀ ਲੈ ਜਾਣੀ ਹੈ, ਲੈ ਜਾਣ ਅੱਗੇ, ਫਿਰ ਕੁੜੀ ਬੜਾ ਹਨ ਸੁੱਖ ਦੇਣ ਡਈ ਆ। ਚੱਲ ਕੋਈ ਨਹੀਂ, ਹੁਣ ਇਹ ਆ ਵੀ ਇਹਨਾਂ ਨੇ ਤੇ ਭੂਆ ਭਤੀ ਨੇ ਨਾ ਮਾੜਾ ਮੋਟਾ ਤਮਾਸ਼ਾ ਲਾ ਹੀ ਰੱਖਣਾ ਵਾ, ਤੇ ਤੂੰ ਨਾ ਘਰ ਐਵੇਂ ਲੜਾਈ ਪਾਉਂਦੀ ਰਿਹਾ ਕਰ। ਚੁੱਪ ਕਰਕੇ ਵੀ ਕੋਈ ਟਾਈਮ ਨਿਕਲ ਜਾਂਦਾ ਹੁੰਦਾ ਤੇ ਕੱਢ ਲਿਆ ਕਰ ਆਪਣਾ। ਚੱਲ ਹੁਣ ਵੇਖੋ, ਹੁਣ ਇੱਕ ਵਾਰੀ ਤੇ ਮੇਰੇ ਵੀ ਮੂੰਹੋਂ ਗੱਲਾਂ ਨਿਕਲ ਗਈਆਂ ਵਾ, ਜੇ ਨਾ ਹਟੇਗੀ ਤੇ ਜਦੋਂ ਆਇਆ ਕਰੇਗੀ ਮੈਂ ਇੱਧਰ ਉੱਧਰ ਹੋ ਜਾ ਕਰਾਂਗੀ। ਨਾ ਇੰਨਾ ਡਰਨ ਦੀ ਵੀ ਲੋੜ ਨਹੀਂ, ਪਰ ਇਹ ਆ ਵੀ ਥੋੜ੍ਹੀ ਜਿਹੀ ਕੋਸ਼ਿਸ਼ ਕਰ ਨੂੰਹ ਨਾ ਬਣਾ ਕੇ ਰੱਖਣ ਦੀ, ਜੇ ਕਦੇ ਉਹ ਸਮਝਦਾਰ ਹੋ ਜਾਏ ਥੋੜ੍ਹੀ ਜਿਹੀ ਤੇ ਲੋੜ ਹੀ ਨਹੀਂ ਫਿਰ ਮੁੜ ਕੇ ਆਪੇ ਭੂਆ ਪਿੱਛੇ ਹੋ ਜੂ। ਨੂੰਹ ਨੇ ਕੀ ਬਣਾਉਣੀ ਹੈ, ਨੂੰਹ ਦੇ ਸਾਹਮਣੇ ਸਗੋਂ ਮੈਂ ਉਹਨੂੰ ਸਮਝਾਉਣ ਡਈ ਹਾਂ ਤੇ ਨੂੰਹ ਕਹਿੰਦੀ ਮੰਮੀ ਤੇਰੀ ਗਲਤੀ, ਮੇਰੀ ਭੂਆ ਦੀ ਕੋਈ ਗਲਤੀ ਨਹੀਂ। ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਉਹ ਦਿਨ ਕੱਟਦੇ ਹੀ ਆ। ਪੈਸੇ ਕੋਲ ਹੋਣਗੇ, ਰੋਟੀ ਖਾਣ ਜੋਗੇ ਬਹਿ ਜਾਂਗੇ।
ਕੋਈ ਗੱਲ ਨੀ, ਦੋ ਚਾਰ ਮਰਲੇ ਹੈਗੇ ਮੇਰੇ ਨਾਂ ਦੇ, ਫਿਕਰ ਨਾ ਕਰ, ਰੋਟੀ ਤੋਂ ਨੀ ਮਰਨ ਲੱਗੇ। ਇਹ ਕੱਲ ਨੂੰ ਲੜਾਈ ਪਾ ਦੇਣਗੇ ਤੇ ਪੈਲੀ ਵੀ ਸਾਡੇ ਨਾਂ ਲਾ ਦੇ, ਫਿਰ ਕੀ? ਧੱਕੇ ਨਾਲ ਥੋੜਾ ਅੰਗੂਠਾ ਲਾ ਲੈਣ ਲੱਗੇ ਫੜ ਕੇ। ਜਾਣਾ ਨੀ, ਮੈਨੂੰ ਵੀ ਨੀ ਜਾਣ ਦਿੰਦੇ ਹੈਗੇ। ਜਿਹੜਾ ਤੈਨੂੰ ਮੈਂ ਇੱਕ ਵਾਰੀ ਕਹਿਤਾ, ਤੂੰ ਕਿਉਂ ਨੀ ਗੱਲ ਨੂੰ ਮੰਨਦੀ ਹੈਗੀ? ਅੱਗੋਂ ਗੱਲ ਪੈਣੀ ਆ ਮੇਰੇ। ਮੰਮੀ ਤੁਸੀਂ ਕਾਹਦੇ ਲਈ ਮੈਨੂੰ ਰੋਕਦੇ ਉਧਰ ਜਾਣ ਤੋਂ? ਮੈਂ ਉਧਰ ਜਾਣਾ ਵਾ, ਮੈਨੂੰ ਐਵੇਂ ਰੋਕਿਆ ਨਾ ਕਰੋ। ਨੀ ਤੈਨੂੰ ਆਪਣੇ ਘਰ ਦੀ ਵੀ ਲੋੜ ਹੈਗੀ ਆ ਕਿ ਨਹੀਂ? ਹਾਏ ਮੰਮੀ, ਘਰ ਮੈਂ ਕਿਹੜਾ ਨਾਲ ਚੁੱਕ ਕੇ ਲੈ ਚਲੀ ਜਾਵਾਂ? ਉਹਨਾਂ ਨੇ ਸਾਡਾ ਘਰ ਚੁੱਕ ਕੇ ਲੈ ਜਾਣਾ ਵਾ। ਹੱਦ ਹੋਈ ਤਾਂ ਡੋਲੀ ਬਿਨਾ ਮਤਲਬ ਤੋਂ ਲੜਾਈ ਪਾਉਂਦੇ ਤੂੰ। ਇੱਕ ਗੱਲ ਦੱਸ ਦਿੰਦੀ, ਤੇਰੀ ਭੂਆ ਨੇ ਕੋਈ ਨਾ ਕੋਈ ਚੰਦ ਚਾੜ ਦੇਣੇ, ਮੈਨੂੰ ਨਾ ਆਖੀ ਮੁੜ ਕੇ ਦੱਸਿਆ ਨਹੀਂ। ਮੰਮੀ ਉਹਨਾਂ ਨੇ ਤੇ ਜਿਹੜਾ ਚਾੜਨਾ ਚਾੜਨਾ, ਤੁਸੀਂ ਪਹਿਲਾਂ ਹੀ ਕੋਈ ਚਾੜ ਦੇਣਾ ਵਾ। ਉਹ ਕੀ ਰੌਲਾ ਪਾ ਲਿਆ ਤੁਸੀਂ? ਕੀ ਹੋ ਗਿਆ ਵਾ? ਮੂੰਹ ਚੁੱਕ ਕੇ ਫੇਰ ਭੂਆ ਵੱਲ ਚੱਲੀ। ਉਹ ਕੁੜੀਏ, ਤੂੰ ਥੋੜਾ ਜਿਹਾ ਸਮਝ ਕੀ ਕਰਨ ਰਹੀ ਆ ਤੂੰ? ਡੈਡੀ ਜੀ ਫੇਰ ਕੀ ਹੋ ਗਿਆ? ਮੈਂ ਉਧਰ ਹੀ ਚੱਲੀ, ਮੈਂ ਕਿਹੜਾ ਕੋਈ ਗੁਨਾਹ ਕਰਤਾ ਵਾ? ਉਹ ਪੁੱਤ ਤੂੰ ਨੂੰ ਇਸ ਘਰ ਦੀ ਨਹੀਂ ਚੰਗੇ ਲੱਗੀਦਾ, ਬਾਰ ਬਾਰ ਜਾਂਦੇ ਆ, ਕੀ ਕਹਿਣਗੇ ਲੋਕ? ਤੁਸੀਂ ਵੀ ਉਲਟਾ ਆਣ ਕੇ ਮੇਰੇ ਨਾਲ ਬੋਲਣ ਦੇ ਹੋ। ਤੂੰ ਏਦਾਂ ਕਰ, ਚੁੱਪ ਕਰਕੇ ਇੱਥੇ ਬਹਿ ਗਿਆ ਤੇ ਜਾਣਾ ਨੀਗਾ ਕਿਤੇ ਵੀ? ਜੇ ਫਿਰ ਆਹ ਗੱਲ ਹੈ ਤਾਂ ਹੁਣ ਮੈਂ ਜਾਣਾ। ਜਾਈ ਨੇ ਮੇਰੀ ਗੱਲ ਸੁਣ ਲਾ, ਮੈਂ ਤੈਨੂੰ ਪਿੰਦਰ ਨੂੰ ਲੈ ਕੇ ਆਉਣਾ। ਵੇਖੇ ਜਿਹੜੀ ਗੱਲ ਤੋਂ ਡਰਦੀ ਹੋਣ ਡੈ ਪਈ ਹੈ ਨਾ, ਚੱਲ ਗਈ ਕਿ ਨਹੀਂ? ਮੂੰਹ ਹੱਦ ਹੋ ਗਈ ਓਏ, ਇਹ ਤਾਂ ਕਿਸੇ ਦੀ ਸੁਣਦੀ ਕਹਿੰਦੀ ਨਹੀਂ ਵੀ। ਇੱਧਰ ਆ, ਮੈਂ ਝੁੱਡੂ ਜੇ ਨਾ ਕਰਾਂ ਗੱਲ ਜਰਾ। ਇਹਨਾਂ ਵਾਲੀ ਤੇ ਹਾਤੀ ਹੋਈ ਆ। ਮੰਮੀ ਤੇ ਚੱਲ ਕਹਿੰਦੇ ਕਹਿੰਦੇ ਹੀ ਤੇ ਡੈਡੀ ਮੰਮੀ ਤੋਂ ਵੀ ਵੱਧ ਨੇ। ਦੱਸ ਤੁਸੀਂ ਕਿਸ ਹਿਸਾਬ ਨਾਲ ਬੋਲੋ ਤੇ ਕੋਈ ਬੰਦਾ ਰੋਕ ਵੀ ਜਾਵੇ? ਜਦੋਂ ਏਦਾਂ ਧਮਕੀਆਂ ਦਿੰਦੀਆਂ ਨੇ ਕਿ ਤੂੰ ਨਹੀਂ ਜਾਣਾ, ਫਿਰ ਤੇ ਅਗਲਾ ਬੰਦਾ ਸਗੋਂ ਗੁੱਸੇ 'ਚ ਜਾਂਦਾ। ਤੇ ਹੁਣ ਮੈਂ ਜਾ ਕੇ ਵੀ ਖਾਵਾਂ ਮਿਲਾਂ। ਓ ਪਿੰਦਰ, ਉਹ ਤਾਂ ਫਿਰ ਝੁੱਡੂਆ ਲਿਆ ਲੰਮੇ ਪਿਆ ਵਾਂ। ਕੀ ਆ ਡੈਡੀ? ਕੀ ਹੋਇਆ ਵਾ? ਇਹ ਕੁਛ ਹੋਇਆ ਕੀ ਨੀਗਾ? ਉਹ ਚੱਲ ਗਈ ਫਿਰ ਤਿਆਰ ਤਿਉਰ ਹੋ ਗਏ ਉੱਧਰ ਭੂਆ ਵੱਲ ਘਰ ਦੀ ਤੇਰੀ। ਡੈਡੀ ਕਿੱਡੀ ਦਾ ਆਫਰ ਆ ਗਈ ਇਹ ਤੇ ਚੱਲ ਗਈ ਇਹ? ਉਹ ਯਾਰ ਆਖਰ ਨਹੀਂ ਆਈ, ਅਸੀਂ ਦੋਵੇਂ ਜੀ ਨੂੰ ਡੱਕਦੇ ਰਹੇ, ਨਾ ਜਾ ਪੁੱਤ ਨਹੀਂ ਚੰਗੇ ਲੱਗੀਦਾ ਉੱਧਰ ਜਾਂਦੇ। ਕੋਈ ਦਿਨ ਤਿਆਰ ਹੋਏ, ਕੋਈ ਟਾਈਮ ਹੋਏ ਬੰਦਾ ਜਾਵੇ। ਉਹ ਬੈ ਜੋ, ਇੰਨਾ ਗੁੱਸਾ ਹੱਦ ਕਰ ਛੱਡੀ ਤੂੰ। ਉਹ ਕੰਧ ਨਾ ਕੰਧ ਦੇ, ਫਿਰ ਕਿਉਂ ਗਏ? ਚਲੇ ਗਈ ਇਹ, ਕਿਹੜੀ ਕਿਤੇ ਦੂਰ ਗਈ ਹੈ। ਉਹ ਸਾਨੂੰ ਨੀ ਕੰਮ ਚੰਗੇ ਲੱਗਦੇ, ਅਨੂਆ ਧੀਆਂ ਇੱਧਰ ਨੀ ਚੰਗੀਆਂ ਲੱਗਦੀਆਂ ਜਦੋਂ ਜੀ ਕਿਤੇ ਉੱਠ ਕੇ ਦੌੜ ਪਈਆਂ। ਉਹ ਡੈਡੀ, ਏਦਾਂ ਨਹੀਂ ਕੋਈ ਮੰਦੀਆਂ ਲਾਈਦੀਆਂ ਹੁੰਦੀਆਂ, ਤੂੰ ਇੱਧਰ ਦੇ ਹੁਣ ਇੱਕ ਦੂਜੇ ਲਾਓ ਜਾਵੇ ਨਾ। ਬੇੜਾ ਰੋੜ ਕੇ ਰੱਖਦੇ ਸਾਰੇ ਘਰ ਦਾ, ਸਾਰਾ ਕਸੂਰ ਤੇਰਾ ਵਾ ਮਿਲਿਆ ਜਿਹਾ। ਉਹ ਚਲੋ ਠੀਕ ਆ, ਮੇਰਾ ਸਹੀ, ਜੇ ਇਹ ਗੱਲ ਆ ਨਾ ਤੁਹਾਨੂੰ ਵੱਖ ਕਰ ਛੱਡੋ। ਅੱਛਾ ਹੁਣ ਵੱਖ ਹੋ ਜਾਣਾ? ਉਹ ਜਦੋਂ ਕੋਈ ਚਲਾਵਟ ਨਹੀਂ ਦਿੰਦੇ। ਉੱਠ ਉੱਠ ਆ, ਉਧਰ ਮਾਂ ਆਪਣੀ ਕੋਲ ਆ, ਤੈਨੂੰ ਕਰੀਏ ਵੱਖ। ਮੈਂ ਤਾਂ ਜਾਣਾ ਕਿਤੇ ਵੀ। ਜਾਣਾ ਨੀਗਾ ਤੂੰ? ਜਾਣਾ ਕਿਉਂ ਨਹੀਂ? ਹੋਰ ਹੁਣ ਵੱਖ ਇਹ ਉਹ ਕਤੂਰਾ ਤੇਰੇ, ਹੋਰ ਤੂੰ ਕੀ ਕਰਨਾ ਹੈ? ਉਹ ਜਦੋਂ ਤੁਸੀਂ 24 ਘੰਟੇ ਲੜਦੇ ਰਹਿੰਦੇ ਹੋ ਸਾਡੇ ਨਾਲ, ਉੱਧਰ ਨਾ ਜਾ, ਉੱਧਰ ਨਾ ਜਾ, ਉੱਧਰ ਤੇ ਤੋਪ ਬੀੜੀ ਹੈ। ਬੇੜਾ ਬਹਿ ਗਿਆ ਤੇਰਾ, ਮੈਨੂੰ ਸੌਂ ਦੋ। ਸ਼ੁਕਰ ਵਾ ਕਿਤੇ, ਮੇਰੇ ਤੇ ਅੱਖਾਂ ਤਰਸ ਗਿਆ ਤੈਨੂੰ ਵੇਖਣ ਨੂੰ। ਅੱਜ ਟੀਲਾ ਤਾਂ ਹੋ ਕੇ ਬਹਿ।
ਭੂਆ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ, ਮੰਮੀ ਨੇ ਤੁਹਾਨੂੰ ਬੜਾ ਹੀ ਵੱਧ ਘੱਟ ਬੋਲਿਆ ਉਦੋਂ। ਚੱਲ ਕੋਈ ਨੀ ਪੁੱਤ, ਦਫਾ ਕਰ, ਤੂੰ ਕੋ ਮਾਫੀ ਮੰਗਣੀ ਆ, ਉਹ ਤਾਂ ਹੈ ਇਦਾਂ ਦੀ ਆ, ਤੂੰ ਨਾ ਪਰਵਾਹ ਕਰਿਆ ਕਰ। ਆਹੋ ਤੈਨੂੰ ਆਉਣ ਦਿੱਤਾ ਅੱਜ ਉਹਨਾਂ ਨੇ? ਭੂਆ ਜੀ ਕਿੱਥੇ ਆਉਣ ਦਿੰਦੇ ਸੀ, ਮੈਂ ਆਉਣ ਲੱਗੀ ਪਹਿਲਾਂ ਮੰਮੀ ਬੋਲਣ ਲੱਗ ਪਏ ਤੇ ਫਿਰ ਡੈਡੀ ਵੀ ਉਹੋ ਜੇ, ਉਹ ਵੀ ਬੜਾ ਮੈਨੂੰ ਵੱਧ ਘੱਟ ਬੋਲੇ। ਵਿਖਾਲਤਾ ਰੰਗ ਆਪਣਾ ਤੇਰੇ ਸਹੁਰੇ ਨੇ, ਹੈਂ? ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਉਹਦੀ ਜ਼ਬਾਨ ਬੜੀ ਆ, ਬੋਲਣ ਲੱਗਾ ਨੀ ਵੇਂਦਾ ਹੁੰਦਾ ਕੁਛ ਵੀ। ਧੀਏ ਤੂੰ ਗਾੜੀ ਗਾੜੀ ਵੇਖ ਕੀ ਬਣਦਾ ਵਾ, ਵੇਖੀ ਜਾਈ। ਸਹੀ ਕਹਿੰਦੇ ਹੋ ਤੁਸੀਂ, ਉਹ ਤੇ ਮੈਨੂੰ ਆਪਣੀ ਮਾਂ ਸਮਝਦੇ ਨਹੀਂ ਆ, ਉਹ ਤੇ ਮੈਨੂੰ ਇੱਦਾਂ ਕਹਿੰਦੇ ਜਿਵੇਂ ਪਤਾ ਨਹੀਂ ਕੀ ਹੁੰਦਾ। ਅਨੇ ਤੂੰ ਕਿਤੇ ਨਹੀਂ ਜਾਣਾ ਤੇ ਮੈਂ ਹੁਣ ਫਿਰ ਮੈਂ ਵੀ ਜਾ ਕੇ ਵਿਖਾਵਾਂਗੀ ਤੁਹਾਨੂੰ। ਇਹਨਾਂ ਦੀ ਇੱਡੀ ਹਿੰਮਤ ਹੈ ਜੀਵਨ ਦੀ ਭਤੀਜੀ ਨੂੰ ਕਹਿਣ ਵੀ ਤੂੰ ਕਿਤੇ ਜਾ ਕੇ ਵਿਖਾਲ, ਹੈਂ? ਤੂੰ ਮੈਨੂੰ ਮਾਰਨੀ ਆਵਾਜ਼ ਮਾੜੀ ਜੀ, ਤੇ ਵੇਖੀ ਮੈਂ ਮੱਤ ਕਿੱਦਾਂ ਦੇ ਕੇ ਆਉਣੀ ਇਹਨਾਂ ਨੂੰ। ਇਹਨਾਂ ਦੀ ਹਿੰਮਤ ਕਿੱਦਾਂ ਪਈ ਮੇਰੀ ਭਤੀਜੀ ਨੇ ਗੱਲਾਂ ਕਰਨ ਦੀ? ਭੂਆ ਕਹਿੰਦੇ ਰਹਿਣ ਜੋ ਕਹਿਣਾ ਇਹਨਾਂ ਨੇ, ਮੈਂ ਤੁਹਾਡੇ ਘਰ ਤੇ ਆਉਣਾ ਹੀ ਆ, ਇਹਨਾਂ ਦੇ ਕਹਿਣ ਤੇ ਥੋੜੀ ਹੁਣ ਆਉਣਾ ਛੱਡ ਦੇਣਾ ਵਾ। ਬਸ ਬਸ, ਸ਼ਾਬਾਸ਼ ਪੁੱਤ, ਪੂਰੇ ਸਟੈਂਡ ਨਾਲ ਰਹੀ, ਠੀਕ ਵਾ ਨਾ? ਜੇ ਉਹ ਘਰ ਚ ਵਸਣਾ ਵਾ ਨਾ, ਪੂਰੇ ਟੌਰ ਨਾਲ ਰਹਿਣਾ ਪੈਣਾ ਤੈਨੂੰ, ਨਹੀਂ ਤੇ ਨਾ ਤੈਨੂੰ ਥੱਲੇ ਲਾ ਲੈਣਾ ਸੀਗਾ ਵੀ ਕੰਮ ਕਰੀ ਜਾ, ਸਾਰਾ ਦਿਨ ਕੰਮ ਕਰੀ ਜਾ ਤੇ ਨੌਕਰ ਪੁਣਾ ਕਰ ਕਰ ਤੇ ਸਾਨੂੰ ਲੰਗਰ ਪਾਣੀ ਖਵਾਲੀ ਜਾ ਬਸ। ਮੂੰਹ ਦੇ ਬੜੇ ਮਿੱਠੇ ਆ, ਅਸਲੀ ਤੇ ਇਹਨਾਂ ਦਾ ਹੁਣ ਸੱਚ ਸਾਹਮਣੇ ਆਉਣ ਗਿਆ ਵਾ। ਪੁੱਤ ਨੂੰ ਦੇਖ ਤੂੰ ਤਾਂ ਸਾਰੇ ਪਿੰਡ ਚ ਧੁੰਮ ਪਈ ਆ, ਆਹ ਤੇ ਰਿਸ਼ਤਾ ਹੋ ਗਿਆ ਚੱਲ ਤੇਰੇ ਕਰਕੇ ਵੀ ਚੱਲ ਮੈਂ ਕਰਵਾ ਤਾ, ਨਹੀਂ ਤੇ ਇਹਨਾਂ ਦੇ ਮੁੰਡੇ ਦਾ ਤਾਂ ਕਿਸੇ ਨੇ ਰਿਸ਼ਤਾ ਹੀ ਨਹੀਂ ਲੈਣਾ, ਹੈ? ਇਹ ਜਿਹੜੀ ਆ ਜਸਵਿੰਦਰ ਕੌਰ ਵਾ ਇਹਦੀ ਜ਼ਬਾਨ ਤੇ ਐਡੀ ਆ, ਹੈ? ਉਹਨਾਂ ਦੀ ਤੇ ਜਿਹੜੀ ਜ਼ਬਾਨ ਹੈਗੀ ਹੈਗੀ ਨਾਲ ਡੈਡੀ ਉਹ ਤੋਂ ਵੱਧ ਨੇ, ਉਹ ਭਾਵੇਂ ਕੁਝ ਨਾ ਬੋਲਣ ਉਹ ਵੱਧ ਬੋਲਦੇ ਸੀ ਉਹ ਤੋਂ। ਬੜਾ ਵੱਧ ਵਾ ਸ਼ਿਪਲਾ ਜਿਹਾ, ਮੂੰਹ ਦਾ ਬੜਾ ਮਿੱਠਾ ਵਾ ਤੇ ਵਿੱਚੋਂ ਵੇਖਿਆ ਵੇਖਿਆ ਅਸਲੀ ਰੂਪ ਅੱਜ ਦਾ, ਹੈ? ਕਿੱਦਾਂ ਜ਼ਬਾਨ ਕੱਢਦਾ ਹੋਣਾ ਵਾ, ਮੈਂ ਤੇ ਗੁੱਸਾ ਚੜ੍ਹ ਜਾ ਲਿਆ। ਆਹ ਭੋਲੇ ਆ ਸਵਾਦ ਖੇ, ਜਿੰਨੇ ਜਲਾਦ ਵਾ ਦੋਵੇਂ ਜੀ ਉਹਨਾਂ ਕੋਈ ਹੋਵੇ ਨਾ, ਹੈ? ਮੈਂ ਕਿੱਥੇ ਜਲਾਦਾਂ ਦੇ ਵਸ ਪਾਤੀ ਆਪਣੀ ਭਤੀਜੀ। ਮੈਨੂੰ ਤੇ ਭੂਆ ਜੀ ਇੰਨਾ ਗੁੱਸਾ ਚੜਿਆ ਨਾ ਜਦੋਂ ਉਹਨਾਂ ਨੇ ਕਿਹਾ ਤੂੰ ਜਾਣਾ ਨੀ ਉਧਰ, ਮੈਂ ਤੇ ਸਗੋਂ ਗੁੱਸੇ ਨਾਲ ਕਹਿ ਕੇ ਆਈ ਆ, ਮੈਂ ਤੇ ਆ ਗਈ ਉੱਠ ਕੇ ਬੁੜਬੁੜ ਕਰਦੇ ਰਹਿ ਕੇ ਦੋਵੇਂ ਜੀ ਉੱਥੇ। ਦਫਾ ਕਰ ਕਰ ਲੈਂਦੇ ਨੀ, ਮੇਰੀ ਇੱਕ ਗੱਲ ਸੁਣ, ਜਦੋਂ ਮੈਨੂੰ ਪਿੰਦਰ ਨੀ ਰੋਕਦਾ ਤੇ ਇਹਨਾਂ ਦਾ ਕੀ ਮਤਲਬ ਆ ਰੋਕਣ ਦਾ? ਆਹੋ ਮੈਂ ਤੇ ਤੇਰੇ ਵਾਸਤੇ ਉਹੀ ਆ ਹੁਣ, ਤੇ ਪੁੱਤ ਇੱਕ ਗੱਲ ਸੁਣ ਲਾ, ਚੁੱਪ ਕਰਕੇ ਮੇਰੀ ਧੀ ਤੇ ਅੱਡ ਹੋ ਜਾ। ਭੂਆ ਜੀ ਆ ਗੱਲ ਤੇ ਨਹੀਂ ਜੀ ਮੈਂ ਸੋਚੀ ਹੈਗੀ, ਅਸੀਂ ਕਿਤੇ ਕਿੰਨੇ ਕੁ ਜੀ ਆ, ਮਾ ਚੱਲ ਰਲ ਮਿਲ ਕੇ ਜਿਹੜੀ ਜ਼ਿੰਦਗੀ ਹੈਗੀ ਕੱਟ ਲਾਂਗੇ ਚਾਰ ਦਿਨ। ਮੇਰੀ ਗੱਲ ਸੁਣ ਪੁੱਤ, ਆ ਜ਼ਿੰਦਗੀ ਹੈ ਵੀ ਕਾਦੀ ਆ, ਹੈ? ਜਦੋਂ ਜੀਣੀ ਨਹੀਂ ਦੇਣਾ ਚੱਜ ਦਾ, ਹੁਣ ਤੁਹਾਡੀ ਕੋਈ ਆਪਣੀ ਮਰਜ਼ੀ ਨੀਗੀ, ਹੁਣ ਮੈਂ ਤੇਰੀ ਭੂਆ ਵਾ, ਇਹ ਆਖਣਗੇ ਤੈਨੂੰ ਭੂਆ ਨੂੰ ਮਿਲਣਾ ਨੀ ਗਾ, ਤੂੰ ਛੱਡ ਦੇਂਗੀ ਆਪਣੀ ਭੂਆ? ਆਹੀ ਗੱਲ ਤੇ ਤੁਹਾਡੀ ਸਹੀ ਆ, ਤੈਨੂੰ ਪਤਾ ਹੀ ਆ ਨਾ ਵੀ ਪਿਓ ਤੇਰਾ ਕਿੰਨਾ ਕਰਦਾ ਵਾ, ਹੈ? ਜੇ ਉਹਨੂੰ ਕੱਲ ਨੂੰ ਪਤਾ ਲੱਗੂਗਾ ਵੀ ਆਹ ਗੱਲਾਂ ਬਾਤਾਂ ਹੋਣਗੀਆਂ ਤੇ ਮੇਰੇ ਗਲ ਹੀ ਪੈਣਾ ਵਾ, ਵੀ ਜਦੋਂ ਤੈਨੂੰ ਪਤਾ ਸੀ ਤੇਰਾ ਗੁਆਂਢ ਇੰਨਾ ਗੰਦਾ ਵਾ, ਤੂੰ ਕੋ ਮੇਰੀ ਧੀ ਦਾ ਰਿਸ਼ਤਾ ਖੜਿਆ ਉੱਥੇ। ਆਹੋ ਇਹ ਗੱਲ ਤੇ ਸਹੀ, ਉਹਨਾਂ ਨੇ ਤਾਂ ਤੁਹਾਨੂੰ ਹੀ ਕਹਿਣਾ ਵਾ, ਪਰ ਮੈਨੂੰ ਸਮਝ ਨਹੀਂ ਲੱਗਦੀ ਵੀ ਕਰਦੇ ਕਿਉਂ ਨੇ ਇਦਾਂ, ਇਹਨਾਂ ਦਾ ਦਿਮਾਗ ਪਤਾ ਨਹੀਂ ਕਿਹੜੇ ਹਿਸਾਬ ਨਾਲ ਚੱਲਦਾ ਵਾ, ਦੋਵੇਂ ਜੀ ਇੱਕ ਦੂਜੇ ਤੋਂ ਵੱਧ ਨੇ, ਇੰਨਾ ਨਹੀਂ ਸਮਝਦੇ ਕਿ ਅਸੀਂ ਆਪਣੇ ਘਰ ਵਿੱਚ ਲੜਾਈ ਪਾਉਂਦੇ ਆ, ਬੰਦਾ ਚੁੱਪ ਕੀਤਾ ਰਹਿੰਦਾ ਵਾ। ਨਾ ਨਾ ਚੁੱਪ ਕਿੱਥੋਂ ਕਰਨਾ ਉਹਨਾਂ ਨੇ, ਅਜੇ ਤੈਨੂੰ ਦੇ ਕਰਤੂਤਾ ਸਾਹਿਬ ਦੇ ਸਾਹਮਣੇ ਆਉਣੀਆਂ ਵਾ, ਬੜੇ ਚੰਗੇ ਬਣ ਬਣ ਬਹਿੰਦੇ ਸੀਗੇ ਤੇ ਅਸੀਂ ਬੜੇ ਚੰਗੇ ਆ, ਕਿਤੇ ਸਾਡੇ ਜਿੰਨਾ ਚੰਗਾ ਕੋਈ ਪਿੰਡ ਚ ਨੀਗਾ। ਨੀ ਧੀਏ ਪਿੰਡ ਵਿੱਚ ਧੁੰਮਾਂ ਪਈਆਂ ਚੌਣੇ ਉਤਰੇ ਦੀਆਂ। ਗੱਲ ਤੇ ਤੁਹਾਡੀ ਸਹੀ ਆ, ਮੈਨੂੰ ਵੀ ਲੱਗਦਾ ਪਿੰਦਰ ਦੇ ਸਾਹਮਣੇ ਨਾ ਮੈਨੂੰ ਬਦਨਾਮ ਕਰਨਾ ਚਾਹੁੰਦੇ ਆ ਕਿ ਇਹ ਸਾਡੇ ਨਾਲ ਵੱਧ ਘੱਟ ਬੋਲਦੀ ਆ, ਅਸੀਂ ਬੋਲਾਂਗੇ ਤੇ ਫਿਰ ਹੀ ਅਗਲੀ ਗੁੱਸੇ ਚ ਬੋਲੂਗੀ। ਤਾਂ ਹੀ ਕਰਦੇ ਆ, ਬੜੇ ਵੱਧ ਵੱਧ ਹੋਵੇ ਜੀ, ਚੁੱਪ ਕਰਕੇ ਨਾ ਮੇਰੀ ਧੀ ਅੱਡ ਹੋ ਜਾਓ ਤੇ ਸਕੀਮਾਂ ਦਊ ਤੈਨੂੰ ਸਾਰੀਆਂ ਮੈਂ। ਕੋਈ ਗੱਲ ਨੀ ਭੂਆ ਜੀ, ਹੁੰਦੇ ਫਿਰ ਅੱਡ। ਆਹੋ ਪਰ ਇਹਨਾਂ ਨੇ ਮੰਨਣਾ ਨੀ ਆ ਜਿੱਦਾਂ ਦੇ ਉਹ ਹੈਗੇ। ਮੰਨਣਾ ਨੀ ਇਹਨਾਂ ਨੇ, ਟੌਰ ਨਾ ਪੁੱਤ ਆਪਣੀ ਜ਼ਿੰਦਗੀ ਜੀਵੇਂਗੀ, ਹੈਂ? ਆਹ ਕੋਈ ਜ਼ਿੰਦਗੀ ਥੋੜਾ ਵਾ, ਅੰਤਰਿਤ ਨਿਤ ਦਾ ਕਲੇਸ਼, ਰੋਜ਼ ਸਵੇਰੇ ਸਵੇਰੇ ਕਲੇਸ਼, ਆਰਾਮ ਦੇ ਨਾਲ ਅੱਡ ਹੋ ਜਾਏਗੀ ਨਾ, ਭਾਵੇਂ ਮੇਰੇ ਕੋਲ ਦਿਨੇ ਆ ਭਾਵੇਂ ਮੇਰੇ ਕੋਲ ਰਾਤ ਆ, ਤੈਨੂੰ ਕੋਈ ਡੱਕੂ ਤੇ ਨਾ। ਉਹ ਤੇ ਗੱਲ ਤੁਹਾਡੀ ਸਹੀ ਆ ਭੂਆ ਜੀ, ਪਰ ਮੈਂ ਨੀ ਕੀ ਘਰ ਵਿੱਚ ਲੜਾਈ ਪਾਉਣੀ ਆ, ਪਰ ਉਹ ਇਸ ਗੱਲ ਨੂੰ ਸਮਝਦੇ ਨੀ ਆ
ਬੰਦਾ ਤੁਹਾਨੂੰ ਰੋਟੀਆਂ ਮਿਲਣੀਆਂ ਵਾ ਪੱਕੀਆਂ ਪਕਾਈਆਂ, ਨੌ ਤੁਹਾਡਾ ਹਰ ਇੱਕ ਕੰਮ ਕਰਦੀ ਹੈ, ਲੋਕੀ ਤੇ ਆਂਦੇ ਕਿ ਸਾਡੀਆਂ ਨੌਵਾਂ ਕਰਦੀਆਂ ਨੀ। ਹੁਣ ਤੁਸੀਂ ਆਪਣੇ ਕੋਲ ਹਿਸਾਬ ਲਾ ਲਓ, ਭਾਬੀ ਕਿਤੇ ਕਿੰਨਾ ਕੁ ਕੰਮ ਕਰਦੀ ਹੈ, ਸਾਰਾ ਤੁਸੀਂ ਕਰਦੇ ਹੋ ਨਾ। ਹੋਰ ਕੀ, ਮੈਂ ਤੇ ਨੀ ਤੰਗ ਵਾਂ ਪੁੱਤ, ਮੈਨੂੰ ਪੁੱਛ ਹੀ ਕੁਛ ਨਾ, ਹਰੇ ਮੈਂ ਕਿੱਦਾਂ ਰਹਿੰਦੀ ਆ ਹੈਂ। ਤੇ ਹੋਰ ਇਹਨਾਂ ਨੂੰ ਦੱਸੋ ਕੀ ਚਾਹੀਦਾ ਵਾ। ਇਹ ਸਹੀ ਗੱਲ ਹੀ ਆ, ਠੰਡੇ ਦੁੱਧ ਨੂੰ ਫੁੱਕਾ ਮਾਰਦੇ ਆ ਹੈਂ। ਚੱਲ ਤੂੰ ਮੇਰੀ ਧੀ ਚੁੱਪ ਕਰਕੇ ਅੱਡ ਹੋ ਜਾ ਤੇ ਆਪਣਾ ਰੱਖ ਢੱਕ, ਤੈਨੂੰ ਪਤਾ ਹੋਵੇ ਮੇਰੇ ਕੋਲ ਕੀ ਆ ਤੇ ਮੈਂ ਕੀ ਆਪਣਾ ਸਾਂਭਣਾ ਵਾ ਹੈਂ। ਇਹਨਾਂ ਦੇ ਪਿੱਛੇ ਨਾ ਮੈਂ ਕੀ ਥੱਲੇ ਲੱਗ ਲੱਗ ਕੇ ਰਹਿਣਾ ਇੰਨਾ ਚਿਰ ਇਹਦੇ। ਨਹੀਂ ਮੈਂ ਨੀ ਗੁੱਸਾ ਕਰਦੀ ਕੋਈ, ਮੈਨੂੰ ਤਿਰਨਾ ਮਤਲਬ ਬੜਾ ਹੀ ਹੋਰ ਤਰ੍ਹਾਂ ਦਾ ਹੋਣ ਡਿਆ ਸੀ ਕਿ ਤੁਹਾਨੂੰ ਮੰਮੀ ਨੇ ਬੜੀਆਂ ਹੀ ਗੱਲਾਂ ਕੀਤੀਆਂ ਵਾ। ਚੱਲ ਕੋਈ ਨੀ ਪੁੱਤ, ਮੈਨੂੰ ਤਾਂ ਹੁਣ ਇਹ ਆ, ਆ ਜਿਹੜੀ ਮੇਰੀ ਨੌਂਹ ਆ ਨਾ ਬਲਾ ਕੇ ਤੇ ਇਹ ਨਾ ਸੁਣਦੀ ਹੋਵੇ ਕੰਨ ਲਾ ਕੇ, ਇਹਦੇ ਹੱਥ ਤੇ ਮਸਾਲਾ ਆਏ ਨਾ, ਇਹਨੇ ਮੈਨੂੰ ਮਿਹਣੇ ਮਾਰਨ ਡਿਆ ਆਪਣਾ ਉਸੇ ਵੇਲੇ ਵੇਖੀ ਕਿੱਦਾਂ ਹੈਂ। ਤੂੰ ਚੁੱਪ ਕਰ ਇੱਥੇ ਪਿਆ ਤੇ ਮੈਂ ਚਾਹ ਬਣਾ ਤਰਲੀ ਘੁੱਟ ਹੈਂ। ਹਾਂਜੀ ਜੋ ਬਣਾ ਲਿਆ, ਮੇਰੇ ਤਾਂ ਸੇਰੀ ਪੀੜ ਹੋਣ ਲੱਗ ਪਿਆ ਵਾ। ਚੱਲ ਕੋਈ ਬਹਿ ਜਾ ਮੇਰੀ ਧੀ, ਹੁਣੇ ਆਉਂਦੀ ਹਾਂ। ਤੇਰੇ ਮੁੰਡੇ ਦਾ ਬੇੜਾ ਬਹਿ ਗਿਆ ਹੀ ਉਹ, ਜਿਹੜਾ ਤੈਨੂੰ ਮੈਂ ਕਿਹਾ ਕਿਸੇ ਨੂੰ ਰੋਕਣ ਦੀ ਲੋੜ ਨੀ, ਜੋ ਹੁੰਦਾ ਹੋਵੇ ਹੁਣ ਇੱਥੇ, ਭਾਵੇਂ ਰਹਿ ਰਹੇ ਭਾਵੇਂ ਨਾ ਰਹਿ ਰਹੇ, ਜਿੰਨਾ ਨੁਕਸਾਨ ਹੁੰਦਾ ਹੋਵੇ ਲੋਕਾਂ ਤੋਂ ਗੱਲਾਂ ਸੁਣਾਂਗੇ ਨਾ। ਸੁਣੀ ਜਾ ਕੋਈ ਗੱਲ ਨੀ, ਕੁਝ ਨੀ ਹੋ ਚੱਲਿਆ, ਸਾਡੇ ਕੰਨ ਨੀ ਕਾਲੇ ਹੋ ਚੱਲੇ, ਇਹਦਾ ਬੇੜਾ ਰੁਣਨਾ, ਇਹਦੇ ਵਾਸਤੇ ਬਣਾਉਣਾ ਸਾਰਾ ਕੁਝ। ਇਹਨੂੰ ਪਿਆਰ ਨਾਲ ਸਮਝਾਉਣਾ ਹੈਗਾ, ਹੁਣ ਬੜਾ ਇੱਥੇ ਨਹੀਂ ਪਿਆਰ ਨਾਲ ਤੂੰ ਸਮਝਾ ਜਾ ਕੇ, ਮੇਰੇ ਕੋਲ ਤਾਂ ਵੀ ਪਿਆਰ ਨਾਲ ਸਮਝਾਇਆ ਜਾਂਦਾ। ਕਰ ਲਾ ਜਿਹੜੀ ਕਰਨੀ ਹੈ, ਹੈ ਨਹੀਂ ਉਹ ਮੰਨਦਾ ਮੇਰੀ, ਕਹਿੰਦਾ ਮੈਂ ਰਹੇ ਉਹਨੂੰ ਸਿਹਤ 'ਤੇ ਅਸਰ ਹੀ ਕੋਈ ਨਹੀਂ, ਮੈਂ ਰੋਣ ਡਿਆ ਵਾਂ ਵੀ ਉਹ ਚੱਲ ਗਈ ਉਹ, ਫਿਰ ਉਹ ਸਾਡੀ ਮੰਨਣ ਨਹੀਂ ਉਡਾਈ, ਕਹਿੰਦਾ ਮੈਂ ਤਾਂ ਸੌਂ, ਮੈਂ ਤਾਂ ਸੌਂ ਡਿਆ, ਮੈਨੂੰ ਸੌਣ ਲੱਗ। ਉਹ ਤਾਂ ਹੀ ਜਾਂਦੀ ਆ, ਉਹਨੂੰ ਇਹਦੇ ਵੱਲੋਂ ਖੁੱਲੀ ਆ ਛੁੱਟੀ, ਉਹਨੇ ਇਹਨੇ ਕਿਹਾ ਹੋਣਾ ਹਰਾਮ ਜਿਹੜੇ ਕੁੱਤੇ ਨੇ, ਉਹ ਡਰਦਾ ਉਹਦੇ ਕੋਲੋਂ, ਡਰਦਾ ਵਾ ਇਹਦੇ ਨਹੀਂ ਪੱਲੇ ਕੁਛ ਵੀ, ਤਾਂ ਹੀ ਅਗਲੇ ਮਰਜ਼ੀਆਂ ਡਈ ਕਰਨ। ਤੇ ਉਹਨੇ ਵੀ ਆਪੇ ਆ ਕੇ ਮੈਨੂੰ ਗੱਲਾਂ ਸੁਣਾਉਣੀਆਂ, ਜਦੋਂ ਸਾਡੇ ਘਰੋਂ ਚੱਲਣ ਉਹਦੀ ਡੈ ਪਈ ਇੱਥੇ। ਕਰਦੇ ਹੁਣ ਜੋ ਕਰਦੇ ਆ, ਸੁਣੀ ਜਾਣਦੇ ਹੁਣ। ਸੜ ਗਈ ਕਿਸਮਤ ਤੁਹਾਡੀ, ਸਾਡਾ ਵੀ ਹੋਰ ਕੋਈ ਧੀ ਪੁੱਤ ਨਾਲ ਹੁੰਦਾ ਸੀ, ਉਹਦੇ ਵੱਲ ਜਾ ਕੇ ਬਹਿਣ ਵਾਲੇ ਬਣਦੇ। ਇਹਨੂੰ ਗਰਕਣੇ ਨੂੰ ਇੰਨਾ ਪਤਾ ਨਾ ਵੀ ਮੈਂ ਇਕੱਲਾ ਹੀ ਹਾਂ, ਮੇਰੇ ਅੰਗਮ ਰੰਗਮ ਕਰਨੇ ਇਹਨਾਂ ਨੇ। ਚਲੋ ਠੀਕ ਹੈ ਭੂਆ ਜੀ, ਹੁਣ ਮੈਂ ਚੱਲਦੀ ਹਾਂ, ਕਿੰਨਾ ਹੀ ਟਾਈਮ ਹੋ ਗਿਆ ਮੈਨੂੰ ਬੈਠੀ ਨੂੰ। ਚਲੋ ਉਹ ਤਾਂ ਠੀਕ ਆ ਪੁੱਤ, ਪਰ ਹੁਣ ਤੂੰ ਗੱਲ ਨਾ ਕਰੀ ਕੋਈ ਵੀ ਜਾ ਕੇ, ਚੰਗਾ? ਕੋਈ ਲੋੜ ਨਹੀਂ ਦਿੰਦੇ ਮੂੰਹ ਲੱਗਣ ਦੀ। ਗੱਲ ਮੈਂ ਤਾਂ ਕੋਈ ਨਹੀਂ ਕਰਨੀ, ਉਹਨਾਂ ਨੇ ਸ਼ੁਰੂ ਕਰ ਲੈਣੀ ਆ, ਜਿੰਨੇ ਉਹ ਅੱਗੇ ਸੜੇ ਹੋਣੇ ਮੇਰੇ ਤੇ। ਸੜੇ ਰਹਿਣ ਦੇ, ਦਫਾ ਹੋਣ ਦੇ, ਜਦੋਂ ਜਵਾਬ ਉਹਨਾਂ ਨੇ ਦੇਣਗੇ ਕੋਈ, ਇਹਨਾਂ ਹੋਰ ਸੜਨਾ ਵਾ, ਠੀਕ ਹੈ ਨਾ? ਚਲੋ ਫਿਰ ਮੈਂ ਨਾ ਹੁਣ ਜਾਂਦੀ ਹਾਂ। ਚੱਲ ਧਿਆਨ ਨਾਲ ਰਹੀ ਮੇਰੀ ਧੀ ਚੰਗਾ? ਹਾਂਜੀ ਠੀਕ। ਜੇ ਕੋਈ ਗੱਲਬਾਤ ਹੋਵੇ ਮੈਨੂੰ ਫੋਨ ਕਰ ਦੀ। ਕੋਈ ਨਹੀਂ ਠੀਕ, ਆਪੇ ਆ ਜਾਊਂਗੀ ਮੈਂ। ਹਾਏ ਹਾਏ ਵਿਚਾਰੀ, ਹੈਂ ਕੱਲ੍ਹ ਅਜੇ ਵਿਆਹ ਹੋਇਆ ਈ ਓ, ਅਤੇ ਸੱਸ ਵੇਖ ਕਿੱਡੀ ਕਪੱਤੀ ਆ, ਪੁਆੜੇ ਪਾ ਕੇ ਵਿਆਹ ਵੀ ਗਈ ਆ ਘਰ 'ਚ, ਸੱਸ ਤਾਂ ਚੱਲ ਹੋਈ ਹੋਈ ਇੱਦਾਂ ਦੀ, ਅਤੇ ਜਿਹੜਾ ਸਹੁਰਾ ਈ ਓ ਮੂੰਹ ਮਿਟਾ ਜਿਹਾ, ਕਿੱਦਾਂ ਐਕਟਿੰਗ ਕਰਦਾ ਚੰਗੇ ਹੋਣ ਦੀ, ਹੈ ਹੁਣ ਆ ਗਈ ਨਾ ਸੱਚਾਈ ਸਾਹਮਣੇ, ਹਾਥੀ ਹੋਈ ਆ। ਭਲਾ ਇਹਨੂੰ ਬੰਦਾ ਪੁੱਛੇ ਵੀ ਸਹੁਰੇ ਵੀ ਚੰਗੇ ਲੱਗਦੇ ਨਵਾਂ ਨਾਲ ਲੜਦੇ, ਸ਼ਰਮੀ ਲਾ ਕੇ ਖਾਲੀ ਦੋਵਾਂ ਜੀਆਂ ਨੇ। ਅੱਜ ਬੜੇ ਚਿਰਾਂ ਬਾਅਦ ਫੇਰਾ ਮਾਰਿਆ, ਨੀ ਅੱਜ ਮੇਰਾ ਜੀ ਕਰਦਾ ਸੀ, ਮੈਂ ਕਿਹਾ ਚੱਲ ਜੀਆਂ ਨੂੰ ਵੇਖ ਹੀ ਆਵਾਂ, ਚੱਲ ਵਧੀਆ ਕੀਤਾ ਬੈਠਾ, ਤਾਂ ਮੈਂ ਪਾਣੀ ਲਿਆਉਣੀ ਤੁਹਾਡੇ ਵਾਸਤੇ। ਆਹਾ ਤੇ ਨੂੰ ਰਾਣੀ ਨੂੰ, ਆਹ ਤੂੰ ਅਜੇ ਵੀ ਤੂੰ ਹੀ ਲਿਆਉਣਾ ਵਾ, ਕੀ ਦੱਸਾਂ ਝੱਗਾ ਚੁੱਕੀਏ ਤੇ ਆਪਣਾ ਹੀ ਢਿੱਡ ਨੰਗਾ ਹੁੰਦਾ, ਜੀਤ ਨਹੀਂ ਕਰਦਾ ਗੱਲ ਕਰਨ ਨੂੰ,
ਪਰ ਜਦੋਂ ਬੰਦਾ ਦੁਖੀ ਹੋਵੇ ਨਾ ਉਦੋਂ ਬੰਦੇ ਦੇ ਆਟੋਮੈਟਿਕ ਮੂੰਹੋਂ ਗੱਲ ਨਿਕਲ ਜਾਂਦੀ ਨਿਕਲ ਜਾਂਦੀ ਆ ਔਖਿਆ ਹੋ ਕੇ ਬੜੀ ਦੁਖੀ ਆ ਕਿਉਂ ਦੁਖੀ ਕੀ ਆ ਭੂਆ ਨੇ ਸਾਕ ਕਰਾਤਾ ਤੁਹਾਨੂੰ ਪਤਾ ਹੀ ਆ ਜੀਵਨ ਦਾ ਆਹੋ ਉਹਨੇ ਇਹੋ ਜਿਹਾ ਪੁਆੜਾ ਹੁਣ ਸਾਡੇ ਘਰ 'ਚ ਪਾ ਦਿੱਤਾ ਵਾ ਵੀ ਆਉਂਦੀ ਵੀ ਸਵੇਰੇ ਸ਼ਾਮੀ ਜਦੋਂ ਤੇਰਾ ਜੀ ਕਰਦਾ ਸਾਡੇ ਘਰ ਆ ਤੇ ਬਸ ਵਹੁਟੀ ਪਾਉਂਦੀ ਆ ਲੀੜੇ ਦੇ ਉੱਧਰ ਚੱਲ ਜਾਂਦੀ ਆ ਦੋ ਤਿੰਨ ਘੰਟੇ ਬਹਿ ਕੇ ਆ ਜਾਂਦੀ ਆ ਤੇ ਫਿਰ ਭੂਆ ਵੱਲ ਚੱਲ ਜਾਂਦੀ ਮੈਂ ਦੱਸ ਕੀ ਕਰਾਂ ਮੈਂ ਬੜੀ ਦੁਖੀ ਹਾਂ ਹਾਂ ਨਹੀਂ ਨੂੰਹਾਂ ਤਾਂ ਫਿਰਦੀਆਂ ਜੀ ਬੁਰੀਆਂ ਲੱਗਦੀਆਂ ਨੇ ਘਰ ਘਰ ਲੋਕੀ ਗੱਲਾਂ ਬਣਾਉਂਦੇ ਨੇ ਮੈਂ ਕੀ ਕਰਾਂ ਮੇਰਾ ਤਾਂ ਪੋਤੀ ਨਾ ਇੰਨੇ ਜੋਗਾ ਹੋਇਆ ਜੇ ਮੁੰਡੇ ਨੂੰ ਕਹਿੰਦੀ ਤਾਂ ਮੁੰਡਾ ਅੱਗੋਂ ਲੜਦਾ ਵਾ ਫਿਰ ਤਗੜੀ ਆਈ ਆ ਬੜੀ ਜਾਨ ਦੁਖੀ ਆ ਮੇਰਾ ਤਾਂ ਜੀਣਾ ਹਰਾਮ ਕਰ ਛੱਡਿਆ ਮੈਂ ਹੁਣ ਦੱਸ ਮੈਂ ਕਰਾਂ ਤੇ ਕਰਾਂਗੀ ਕਿਹੜੇ ਖੂਹ ਖਾਤੇ ਪੈ ਜਾ ਮੈਨੂੰ ਨਹੀਂ ਇਹ ਗੱਲ ਪਸੰਦ ਲੱਗੀ ਜਿਹੜਾ ਘਰ ਘਰ ਫਿਰਨਾ ਹੁੰਦਾ ਨਾ ਨੂੰਹ ਧੀ ਨੇ ਉਹ ਸਮਝੋ ਅੱਜ ਵੀ ਉਜੜੀ ਤੇ ਕੱਲ ਵੀ ਉਜੜੀ ਹਾਏ ਤੁਸੀਂ ਏਦਾਂ ਦੀ ਗੱਲ ਕੀਤੀ ਮੈਨੂੰ ਤਾਂ ਹੋਰ ਅੱਗੇ ਨਵੀਂ ਟੈਨਸ਼ਨ ਵੱਧ ਪੈ ਗਈ ਆ ਮੇਰੇ ਘਰ ਦਾ ਕਿੱਦਾਂ ਬਚਾ ਹੋਊ ਮੈਨੂੰ ਅਜੇ ਵੀ ਕੋਈ ਸਕੀਮ ਦਓ ਜਿਹੜੇ ਮੇਰੇ ਘਰ ਦੇ ਕੱਖ ਰਹਿ ਜਾਣ ਤੂੰ ਜੀਵਨ ਨਾਲ ਲੜ ਪੋ ਤੇ ਜੀਵਨ ਦਾ ਕੀ ਲੜਾਂ ਮਾੜੀ ਜੀ ਗੱਲਬਾਤ ਹੋਈ ਸੀ ਤੇ ਭੂਆ ਭਤੀ ਮੈਨੂੰ ਪੈ ਗਈਆਂ ਨੇ ਅੱਗੋਂ ਆਂਦੀਆਂ ਤੂੰ ਕੂੰਦੀ ਕਿਉਂ ਆ ਤੇਰੀ ਕਸੂਰ ਆ ਜਿੰਨਾ ਕਸੂਰ ਮੇਰੀ ਨੂੰਹ ਆਂਦੀ ਤੇਰਾ ਵਾ ਭੂਆ ਦੀ ਤੇ ਗਲਤੀ ਉਹ ਕੱਢਦੀ ਨੀ ਮਾੜੀ ਪੈ ਗਈ ਆ ਇਹਦਾ ਮਾਂ ਪਿਓ ਵੀ ਨੀ ਇਹਨੂੰ ਸਮਝਾਉਂਦਾ ਮਾਂ ਪਿਓ ਨੇ ਵੀ ਉਹਦੀ ਮੰਨਣੀ ਭੂਆ ਦੀ ਤੇ ਨਾਲੇ ਉਹ ਏਡੀ ਤੇਜ਼ ਉਹ ਤਾਂ ਕਿਤੇ ਆਂਢ ਗੁਆਂਢ ਨਾਲ ਲਾ ਕੇ ਨਹੀਂ ਖਾਂਦੀ ਮੈਂ ਆਪਣੇ ਮੁੰਡੇ ਨੂੰ ਆਉਂਦੀ ਹਾਂ ਵੀ ਪੁੱਤ ਅਸੀਂ ਕੋਈ ਮਾੜਾ ਮੋਟਾ ਘਰ ਵੇਖ ਕੇ ਰਿਸ਼ਤਾ ਲੈ ਲਵਾਂਗੇ ਅਸੀਂ ਕੋਈ ਘਰ ਘਰਾਣੇ ਦੀ ਲਿਆਵਾਂਗੇ ਮੈਨੂੰ ਕੀ ਪਤਾ ਸੀ ਮੁੰਡੇ ਨੂੰ ਪਤਾ ਨਹੀਂ ਕੀ ਕਰ ਛੱਡਿਆ ਰੱਸੇ 'ਚ ਧੂੜ ਛੱਡਿਆ ਮੁੰਡਾ ਆਖੇ ਵੀ ਜੋ ਹੋਣਾ ਹੁਣ ਉੱਥੇ ਹੀ ਵਿਆਹ ਕਰਾਉਣਾ ਹੋਰ ਕਿਤੇ ਕਰਾਉਣਾ ਹੀ ਨਹੀਂ ਮੇਰੀ ਤਾਂ ਘਰ ਦੀ ਕਿਸਮਤ ਮਾੜੀ ਇੰਨਾ ਤੂੰ ਖਾਫ ਨਾ ਜਿੰਨਾ ਤੂੰ ਖਾਫ ਨਹੀਂ ਹੈ ਨਾ ਉਹਦੇ ਘਰ ਵੀ ਨੂੰਹ ਹੈ ਆ ਉਹਦੇ ਨਾਲ ਤੇਰੇ ਨਾਲ ਜ਼ਿਆਦਾ ਹੋਣੀਆਂ ਨੇ ਜੇ ਕਿਸੇ ਦੇ ਘਰ ਕਪੱਤ ਪਾਈਏ ਨਾ ਤੇ ਆਪਣੇ ਪਹਿਲਾਂ ਪੈਂਦਾ ਵਾ ਚੱਲ ਅੱਛਾ ਗੱਲਾਂ ਹੀ ਕਰਦੀਆਂ ਰਹਿ ਗਈਆਂ ਤੁਸੀਂ ਬਹੁਤ ਮੈਂ ਘੁੱਟ ਕੇ ਚਾਹ ਬਣਾ ਕੇ ਲਿਆਉਂਦੀ ਤੁਹਾਡੇ ਲਈ ਚੱਲ ਬੈਠੀ ਰਹੋ ਤੈਨੂੰ ਤਾਂ ਮੈਂ ਦੁਖੀ ਦੀਆਂ ਗੱਲਾਂ ਸੁਣ ਕੇ ਮੇਰਾ ਆਪਣਾ ਹੀ ਮਨ ਖਰਾਬ ਹੋ ਗਿਆ ਜੀਤ ਨਹੀਂ ਕਰਦਾ ਪਰ ਇੰਨਾ ਗਰੁੱਬ ਸੀ ਨਾ ਢਿੱਡ 'ਚ ਮੈਂ ਕਹਿੰਦੀ ਕੋਈ ਭੈਣ ਭਰਾ ਆਵੇ ਤੇ ਮੈਂ ਉਹਦੇ ਨਾਲ ਦੁੱਖ ਸੁੱਖ ਫੋਲਣਾ ਮੈਂ ਵੀ ਕਿਤੇ ਹੌਲੀ ਹੋ ਜਾਂ ਅਸੀਂ ਮੇਰਾ ਦੋ ਦਰਾਣੀ ਜਠਾਣੀ ਸਾਂ ਕਦੇ ਕਿਸੇ ਦੇ ਘਰ ਨਹੀਂ ਹਾਂ ਗਈਆਂ ਮੇਰੀ ਜਠਾਣੀ ਵੀ ਕਿਸੇ ਦੇ ਘਰ ਨਹੀਂ ਸੀ ਕਦੀ ਤੇ ਉਹ ਯਾਦ ਤਾਂ ਸਾਨੂੰ ਸੀ ਅਸੀਂ ਨਹੀਂ ਹਾਂ ਕਦੀ ਗਏ ਜੇ ਗਾਂ ਸਾਡੀਆਂ ਨੂੰਹਾਂ ਹਨ ਚਾਰ ਸਨ ਦੋ ਜਠਾਣੀ ਦੀਆਂ ਦੋ ਮੇਰੀਆਂ ਉਹ ਵੀ ਕਦੇ ਕਿਸੇ ਦੇ ਘਰ ਨਹੀਂ ਸਨ ਗਈਆਂ ਹੁਣ ਤੇ ਰਾਤ ਨੂੰ ਘਰ ਚੋਂਦੀਆਂ ਨੀ ਤੇ ਦਿਨੇ ਹਰ ਲਰ 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 ਲੋਕਾਂ ਦੇ ਘਰੇ ਤੇ ਲੋਕੀ ਸੌ ਸੌ ਫਿਰ ਬਣਾਉਂਦੇ ਨੇ ਗੱਲਾਂ ਚਲੋ ਸਹੀ ਹੈ ਬੋਲੋ ਪਤਾ ਨਹੀਂ ਕਿਹੜੇ ਵੇਲੇ ਨੇ ਆ ਜਾਣਾ ਮੈਂ ਕੁਝ ਮਰਜ਼ੀ ਝਾਤੀ ਮਾਰ ਕੇ ਆਵਾਂ ਇਹਨਾਂ ਕਿਤੇ ਇੱਥੇ ਗੱਲਾਂ ਸੁਣਦੀ ਹੋਵੇ ਤਾਂ ਸਾਡੀ ਇੱਥੇ ਹੀ ਲੜਾਈ ਹੋ ਜੇ ਮੈਂ ਬੜਾ ਡਰਦੀ ਹਾਂ